ਫਤਿਹਗੜ੍ਹ ਚੂੜੀਆਂ ਬਾਜ਼ਾਰ 'ਚ ਗੋਹੇ ਦੀਆਂ ਪਾਥੀਆਂ ਦੀ ਹੋਈ ਵਿਕਰੀ। ਨੌਜਵਾਨ ਨੇ ਪਾਥੀਆਂ ਰੇਹੜੀ 'ਤੇ ਰੱਖ ਕੇ ਵੇਚਣ ਦਾ ਦਿੱਤਾ ਹੋਕਾ। ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਕਿ ਉਹ ਵੀ ਦਿਨ ਆਵੇਗਾ ਜਦ ਗੋਹੇ ਦੀਆਂ ਪਾਥੀਆਂ ਵੀ ਬਾਜ਼ਾਰ ਵਿੱਚ ਮੁੱਲ ਵਿਕਿਆ ਕਰਨਗੀਆਂ। ਅਜਿਹਾ ਸਭ ਕੁਝ ਉਸ ਵੇਲੇ ਸੱਚ ਹੁੰਦਾ ਵਿਖਾਈ ਦਿੱਤਾ ਜਦ ਫਤਿਹਗੜ੍ਹ ਚੂੜੀਆਂ ਦੇ ਬਾਜ਼ਾਰ 'ਚ ਇੱਕ ਨੌਜਵਾਨ ਨੇ ਰੇਹੜੀ ਉੱਪਰ ਗੋਹੇ ਦੀਆਂ ਪਾਥੀਆਂ ਰੱਖ ਕੇ ਉਹਨਾਂ ਨੂੰ ਵੇਚਣ ਦਾ ਹੋਕਾ ਦੇਣਾ ਸ਼ੁਰੂ ਕਰ ਦਿੱਤਾ ਅਤੇ ਉਸ ਦਾ ਹੋਕਾ ਸੁਣ ਕੇ ਲੋਕਾਂ ਵੱਲੋਂ ਵੀ ਪਾਥੀਆਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਗੋਹੇ ਦੀਆਂ ਪਾਥੀਆਂ ਵੇਚਣ ਵਾਲੇ ਨੌਜਵਾਨ ਮੂਨੀ ਮਸੀਹ ਨੇ ਦੱਸਿਆ ਕਿ ਲੋਹੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਉਸਨੇ ਪਾਥੀਆਂ ਵੇਚਣ ਦਾ ਮਨ ਬਣਾਇਆ ਸੀ ਅਤੇ ਲੋਕ ਉਸਦੀਆਂ ਧੜਾਧੜ ਪਾਥੀਆਂ ਖਰੀਦ ਰਹੇ ਹਨ ਅਤੇ ਉਸ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਫਤਿਹਗੜ੍ਹ ਚੂੜੀਆਂ ਬਾਜ਼ਾਰ 'ਚ ਇੱਕ ਵੱਖਰੀ ਗੱਲ ਦੇਖਣ ਨੂੰ ਮਿਲੀ ਹੈ ਕਿ ਇੱਕ ਕੰਮ ਕਰਨ ਵਾਲਾ ਨੌਜਵਾਨ ਜਿਹੜਾ ਹੈ ਉਹ ਫਲ ਫਰੂਟ ਅਤੇ ਸਬਜ਼ੀਆਂ ਦੀ ਥਾਂ 'ਤੇ ਇਹ ਪਾਥੀਆਂ ਵੇਚ ਰਿਹਾ। ਉਸਦਾ ਕਹਿਣਾ ਕਿ ਅੱਜ ਲੋਹੜੀ ਦੇ ਤਿਉਹਾਰ ਨੂੰ, ਮਾਘੀ ਦੇ ਤਿਉਹਾਰ ਨੂੰ ਵੇਖਦੇ ਹੋਏ ਜਿਹੜੀ ਆ ਪਾਥੀਆਂ ਦੀ ਸੇਲ ਜਿਹੜੀ ਆ ਉਹ ਮੰਗ ਜਿਹੜੀ ਆ ਲੋਕਾਂ ਵੱਲੋਂ ਲਗਾਤਾਰ ਕੀਤੀ ਜਾ, ਜਿਸ ਨੂੰ ਵੇਖਦਿਆਂ ਹੈ ਉਹ ਪਾਥੀਆਂ ਦੀ ਰੇਹੜੀ ਉੱਪਰ ਸੇਲ ਕਰ ਰਿਹਾ। ਉਸ ਨਾਲ ਗੱਲਬਾਤ ਕਰਦੇ ਹਾਂ। ਸਬਜ਼ੀ ਵੇਚਦੇ ਰੇਹੜੀਆਂ ਦੇ, ਫਲ ਵੇਚਦੇ ਅਤੇ ਤੁਸੀਂ ਪਾਥੀਆਂ ਵੇਚਣ ਡੇ ਹੋ? ਭਾਜੀ ਠੰਡ ਬੜੀ ਆ, ਸਬਜ਼ੀ ਵਿਕਣ ਜੇ ਦਈ ਨਾ ਫਲ ਵਿਕਦਾ ਜੇ, ਉਹ ਰੋਟੀ ਦਿਨ ਤਿਉਹਾਰ ਕਰਕੇ ਅਸੀਂ ਪਾਥੀਆਂ ਵੇਚਦੇ ਹਾਂ। ਸੀਜ਼ਨ ਆ, ਲੋਹੜੀ ਦਾ ਤਿਉਹਾਰ ਆ ਜੀ, ਨਾਲੇ ਲੋਕੀ ਸਾਨੂੰ ਵਧਾਈਆਂ ਦੇਂਦੇ, ਖੁਸ਼ੀਆਂ ਮਨਾਉਂਦੇ ਆ, ਪਾਥੀਆਂ ਵੇਚਦੇ ਆ ਜੀ। ਸਵੇਰ ਦੀਆਂ ਕਿੰਨੀਆਂ ਕੁ ਵੇਚ ਲੀਆਂ? ਇਹ ਸਰ ਸਾਡੀ ਪੰਜਵੀਂ ਰੇਹੜੀ ਆ ਜੀ, ਸਰ ਮਿਹਨਤ ਕਰਨ ਦੇ ਜੀ। ਕੀ ਰੇਟ ਕੀ ਲਾਇਆ ਜੀ? ਰੇਟ ਸਰ ਅਸੀਂ ਵੇਚਦੇ ਜੀ 100 ਦੀਆਂ 40, 100 ਦੀਆਂ 40, 50 ਦੀਆਂ 20 ਤੇ ਲੋਕ ਲੈ ਰਹੇ ਆ? ਹਾਂਜੀ, ਹੱਸ ਕੇ ਲੈ ਰਹੇ, ਨਾਲੇ ਸਾਨੂੰ ਵਧਾਈ ਦਿੰਦੇ ਆ ਜੀ, ਨਾਲੇ ਸਾਡੇ ਕੋਲ ਪਾਥੀਆਂ ਲੈ ਆਉਂਦੇ ਆ ਜੀ। ਕਦੋਂ ਤੱਕ ਸਿਲਸਿਲਾ ਚੱਲੂਗਾ? ਇਹ ਸਿਲਸਿਲਾ ਸਰ 3 ਦਿਨ ਚੱਲੇਗਾ ਜੀ। ਅੱਛਾ, ਹਾਂਜੀ, 13 ਤਰੀਕ ਨੂੰ ਸਮਾਪਤੀ। ਤੇ ਖੁਸ਼ ਹੋ ਤੁਸੀਂ? ਹਾਂਜੀ, ਬਹੁਤ ਜ਼ਿਆਦਾ ਖੁਸ਼ ਆ ਜੀ। ਹੋਰ ਸਰ ਮੈਂ ਇਹ ਕਹਿਣਾ ਚਾਹੁੰਦਾ ਵੀ ਆਪਣੇ ਜਿਹੜੇ ਮੇਰੇ ਭਰਾ ਜਿਹੜੇ ਰੇਹੜੀਆਂ ਲਾਉਂਦੇ ਆ, ਸਬਜ਼ੀਆਂ ਫਲ ਲਾਉਂਦੇ ਆ ਜੀ, ਵੇਖਦਾ ਨੀ ਖਰਾਬ ਹੋ ਜਾਂਦਾ, ਰੂੜੀਆਂ ਤੇ ਸੁੱਟਦੇ ਆ ਮੁਰਗੇ, ਤੇ ਮੈਂ ਉਹਨਾਂ ਨੂੰ ਵੀ ਇਹੋ ਕਹਿਣਾ ਚਾਹੁੰਦਾ ਵੀ 3 ਦਿਨ ਪਾਥੀਆਂ ਵੇਚੋ, ਪਾਥੀਆਂ ਵੇਚੋ, ਪਾਥੀਆਂ ਵੇਚੋ। ਖੁਸ਼ੀ ਦਾ ਤਿਉਹਾਰ ਆ ਜੀ।